ਸ਼ਸ਼ੀ ਗਾਲੀ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ ਹਾਂਜੀ ਸਵਾਗਤ ਹੈ ਵੀਰੇ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ 9878390942 ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਲਤਵੀਆਂ ਤਾਂ ਉਹਦੀਆਂ 4-5 ਫੋਟੋਆਂ ਨਾਲ ਹੀ ਮਸ਼ੀਨਰੀ ਦੀ ਲੋੜ ਦੀ ਜਾਣਕਾਰੀ ਜਿਵੇਂ ਮਸ਼ੀਨਰੀ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਐ ਇਹ ਸਾਰੀ ਡਿਟੇਲ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਕਰਵਾ ਸਕਦੇ ਹੋ ਬਿਲਕੁਲ ਫ੍ਰੀ ਐਡ ਕੀਤੀ ਜਾਂਦੀ ਐ ਕੋਈ ਕਮਿਸ਼ਨ ਨਹੀਂ ਆਪਣਾ ਤੇ ਜਿੰਨੇ ਵੀ ਐਡ ਕਰਵਾਉਣ ਲਈ ਕਿਸੇ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਐ ਉਸ ਦਾ ਰੇਟ ਮਾਰਕੀਟ ਵੈਲਿਊ ਹਿਸਾਬ ਨਾਲ ਦੱਸਿਆ ਕਰਨਾ ਉਹਨਾਂ ਗ੍ਰੇਡ ਦੱਸਿਆ ਕਰੋ ਜਿੰਨੇ ਦੀ ਮਸ਼ੀਨਰੀ ਹੋਵੇ ਜੇ ਕੁਰੀਟ ਜਿਆਦਾ ਦਸੂਗਾ ਆਪਾਂ ਉਸ ਦੀ ਐਡ ਆਪਣੇ ਚੈਨਲ ਤੇ ਨਹੀਂ ਕਰਨੀ ਤੇ ਕੁਝ ਕੁ ਵੀਰਾਂ ਦੇ ਕਮੈਂਟਸ ਆਉਂਦੇ ਆ ਤੇ ਕੰਪਲੇਂਟ ਵੀ ਆਉਂਦੀ ਹੈ ਕਿ ਰੇਟ ਜ਼ਿਆਦਾ ਹੈ ਆਪਾਂ ਬਰੇ ਕਿਸੇ ਵੀ ਮਸ਼ੀਨਰੀ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ ਉਹ ਮਾਲਕ ਵੀਰਾਂ ਵੱਲੋਂ ਦਿੱਤੀ ਹੋਈ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ ਦੇ ਲੈਸ ਹੋ ਹੀ ਜਾਂਦੀ ਹੈ ਇਸ ਕਰਕੇ ਜੇ ਕੋਈ ਵੀ ਮਸ਼ੀਨਰੀ ਖਰੀਦਣੀ ਚਾਹੁੰਦਾ ਹੁੰਦਾ ਹੈ ਤਾਂ ਮਾਲਕ ਵੀਰਾਂ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਸਕਦਾ ਹੈ ਥੈਂਕ ਯੂ ਬਰੇ ਅੱਜ ਆਪਣੇ ਕੋਲੇ ਸੇਲ ਵਿੱਚ ਛੇ ਚੀਜ਼ਾਂ ਨੇ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਕਰਤਾਰ ਕੰਬਾਈਨ ਹੈ ਮੈਸ਼ੀ 241 ਡੀਆਈ ਟਰੈਕਟਰ ਹੈ ਸਬਰਾਜ 960 ਐਪੀ ਟਰੈਕਟਰ ਹੈ ਫਾਰਮ 65 ਟਰੈਕਟਰ ਹੈ ਪੋੜ 3600 ਟਰੈਕਟਰ ਹੈ ਤੇ 16 ਫੁੱਟ ਡਬਲ ਲਿਫਟ ਪੰਪ ਵਾਲੀ ਟਰਾਲੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ 16 ਫੁੱਟ ਟਰਾਲੀ ਦੀ ਇਹ ਟਰਾਲੀ 16 ਫੁੱਟ ਲੰਬੀ ਹੈ ਤੇ 7 ਫੁੱਟ ਚੌੜੀ ਹੈ ਸ਼ਿਆਰਪੁਰ ਏਰੀਏ ਵਿਖੇ ਟਰਾਲੀ ਖੜੀ ਹੈ ਬਾਕੀ ਹਾਰ ਟਰਾਲੀ ਤੁਸੀਂ ਦੇਖ ਸਕਦੇ ਹੋ ਫੋਟੋਮ ਸਕਰੀਨ ਤੇ ਸ਼ੋ ਹੋ ਰਹੀਆਂ ਨੇ 2020 ਮਾਡਲ ਬਿਲਕੁਲ ਨਵੀਂ ਟਰਾਲੀ ਹੈ ਡਬਲ ਲੇਸਟ ਮਾਮਪ ਹੈ ਤੇ ਡਬਲ ਟੈਰੀ ਹੈ ਟਾਇਰਾਂ ਤੇ ਬੀਲ ਕੱਪ ਚੜੇ ਹੋਏ ਨੇ ਟਰਾਲੀ ਦਾ 10 ਨਟਾ ਰੇਲ ਦਾ ਹਿੱਸਾ ਹੈ ਤੇ 10 ਇੰਚੀ ਚਾਸੀ ਹੈ ਨੀਚੇ ਕੈਂਚੀਆਂ ਲੱਗੀਆਂ ਹੋਈਆਂ ਨੇ ਟਰਾਲੀ ਦਾ 2.5 ਫੁੱਟਾ ਬੈੱਡ ਹੈ ਬੈੱਡ ਦੇ ਉੱਪਰ ਵੀ ਅੜੰਬੇ ਵਾਲੀ ਜਾਲੀ ਲੱਗੀ ਹੋਈ ਹੈ ਤੇ ਬਿੱਡ ਦੇ ਉੱਪਰ ਵੀਰੇ ਝੋਪੜੀ ਬਣੀ ਹੋਈ ਹੈ ਤਰਪਾਲ ਵਗੈਰਾ ਪਾਉਣ ਦੇ ਲਈ ਟਰਾਲੀ ਦੇ LED ਲਾਈਟਸ ਲੱਗੀਆਂ ਹੋਈਆਂ ਨੇ ਤੇ ਟਰਾਲੀ ਦੇ ਜੋ ਟਾਇਰ ਹੈ 50 ਪਾਈਸੇ ਟਰਾਲੀ ਦੇ ਟਾਇਰ ਪਏ ਆ ਚਾਰੇ ਟਾਰਾਂ ਦੀ ਸੇਮ ਕੰਡੀਸ਼ਨ ਹੈ ਪਿੱਛੇ ਰਸਾ ਇਕੱਠਾ ਕਰਨ ਲਈ ਤੇ ਅੱਗੇ ਰਸਾ ਟੈਟ ਕਰਨ ਲਈ ਵਧੀਆ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਬਾਕੀ ਮਾਲਕ ਵੀਰ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਕੋਈ ਕਮੀ ਬੇਸ਼ੀ ਨਹੀਂ ਹੈਵੀ ਲੋਹੇ ਦੀ ਟਰਾਲੀ ਬਣੀ ਹੋਈ ਹੈ ਤੇ ਮਾਲਕ ਵੀਰ ਨੇ ਟਰਾਲੀ ਦੀ ਜੋ ਡਿਮਾਂਡ ਰੱਖੀ ਹੈ ਔਰ ਕੀ ਦੋ ਲਖ 40000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਸਕਦਾ ਹੈ ਤੇ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 75268 68753 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਜੇ ਕੋਈ ਵੀ ਮੇਰਾ ਵੀਰੇ ਟਰਾਲੀ ਵੀਰ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਟਰਾਲੀ ਵੀਰ ਤੋਂ ਖਰੀਦ ਸਕਦਾ ਹੈ ਥੈਂਕ ਯੂ ਵੀਰੇ ਹੁਣ ਗੱਲ ਕਰਦੇ ਆ ਜੀ ਸਵਰਾਜ 960 ਐਫੀ ਟਰੈਕਟਰ ਦੀ ਇਹ ਟਰੈਕਟਰ 2016 ਮਾਡਲ ਹੈ ਟਰੈਕਟਰ ਵੀਰੇ ਬਸਤੀ ਏਰੀਆ ਵਿੱਚ ਖੜਾ ਹੈ ਜੋ ਕਿ ਯੂਪੀ ਵਿੱਚ ਪੈ ਜਾਂਦਾ ਹੈ ਬਾਕੀ ਹਾਲਤ ਟਰੈਕਟਰੀ ਤੁਸੀਂ ਦੇਖ ਸਕਦੇ ਹੋ ਫੋਟੋਮ ਸਕਰੀਨ ਤੇ ਸ਼ੋਹਰੀਆਂ ਨੇ 5 ਸਟਾਰ ਟਰੈਕਟਰ ਹੈ ਤੇ ਟਰੈਕਟਰ ਦਾ ਬਾਡੀ ਚ ਅਸੀਂ ਲਿੰਕਾਂ ਦਾ ਪੇਂਟ ਆਲ オリジナル ਹੈ ਜੋ ਰੰਗ ਪੀੜ ਯਾਸੀ ਬਲਵਾਇਆ ਸੀ ਉਹੀ ਰੰਗ ਪੇਂਟ ਹੈ ਕਿਤੋਂ ਵੀ ਟਰੈਕਟਰ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ ਕਿਤੋਂ ਰੰਗ ਪੇਂਟ ਲਿਹਾ ਨਹੀਂ ਕਿਤੋਂ ਖਰਾਬ ਨਹੀਂ ਹੋਇਆ ਕੋਈ ਡੈਮੇਜ ਨਹੀਂ ਵੀਰੇ ਇੱਕਦਮ ਸਾਫ ਸੁਥਰਾ ਸ਼ਾਈਨਿੰਗ ਦੇ ਵਿੱਚ ਰੰਗ ਪੇਂਟ ਪਿਆ ਹੈ ਤੇ ਟਰੈਕਟਰ ਦੇ ਸਾਰੇ ਪਾਰਟਸ オリジナル ਪਾਰਟਸ ਨੇ ਕੋਈ ਵੀ ਪਾਰਟ ਟਰੈਕਟਰ ਦਾ ਚੇਂਜ ਨਹੀਂ ਕੀਤਾ ਗਿਆ। ਆਲ オリジナル ਟਰੈਕਟਰ ਹੈ ਤੇ ਟਰੈਕਟਰ ਦੇ ਉਹ ਟਾਇਰ ਹੈ। 70 75 ਰੁਪਏ ਟਰੈਕਟਰ ਦੇ ਟਾਇਰ ਪਏ ਆ। ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ। ਬਾਕੀ ਟਾਇਰਾਂ ਦੀਆਂ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਖੁਦ ਵੀ ਦੇਖ ਸਕਦੇ ਹੋ। 2614 ਘੰਟੇ ਚੱਲਿਆ ਹੋਇਆ ਟਰੈਕਟਰ ਹੈ। ਬਾਕੀ ਮੀਟਰ ਦੀਆਂ ਫੋਟੋਆਂ ਵੀ ਸਕਰੀਨ ਤੇ ਸ਼ੋ ਹੋ ਰਹੀਆਂ ਨੇ। ਟਰੈਕਟਰ ਡਬਲ ਕਲੱਚ, ਪਾਵਰ ਬ੍ਰੇਕ, ਪਾਵਰ ਸਟੀering, ਸੈਂਟਰ ਗੇਅਰ ਤੇ ਰਿਵਰਸ ਵੀਡੀਓ ਦੇ ਨਾਲ ਹੈ। ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕਬੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਬਾਕੀ ਵੀਰੇ ਇੱਕਦਮ ਨਵਾਂ ਟਰੈਕਟਰ ਹੈ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਟਰੈਕਟਰ ਲੈਂਡਸ 'ਮੇ ਤੁਸੀਂ ਬਾਹਰ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਤੇ ਮਾਲਕਬੀਰ ਨੇ ਟਰੈਕਟਰ ਦੀ ਓ ਡਿਮਾਂਡ ਰੱਖੀ ਹੈ ਉਹ ਰੱਖਿਆ 495000 ਰੁਪਏ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕਬੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 75056 52264 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਵੀਰ ਤੋਂ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਥੈਂਕ ਯੂ ਵੀਰੇ ਹੁਣ ਗੱਲ ਕਰਦੇ ਹਾਂ ਜੀ ਫਾਰਮ ਟਰੈਕ 65 EPI ਟਰੈਕਟਰ ਦੀ ਇਹ ਟਰੈਕਟਰ 2008 ਮਾਡਲ ਹੈ ਤੇ ਟਰੈਕਟਰ ਵੀਰੇ ਸੰਗਰੂਰ ਏਰੀਆ ਵਿਖੇ ਖੜਾ ਹੈ ਬਾਕੀ ਹਾਲਤ ਟਰੈਕਟਰੀ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋਹਰੀਆਂ ਨੇ ਟਰੈਕਟਰ ਦਾ ਬਾਡੀ ਚਾਸੀ ਲਿੰਕਾਂ ਦਾ ਪੇਂਟ ਆਲ オリジナル ਹੈ ਜੋ ਰੰਗ ਪੇਂਟ ਯਾਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਹੈ ਕਿਤੇ ਵੀ ਟਰੈਕਟਰ ਨੂੰ ਦੁਬਾਰਾ ਰੰਗ ਪੇੜ ਨਹੀਂ ਕੀਤਾ ਗਿਆ ਇੱਕਦਮ ਸਾਫ਼ ਸੁਥਰਾ ਵਧੀਆ ਸ਼ੈਨੀ ਦੇ ਵਿੱਚ ਰੰਗ ਪੇਂਟ ਪਿਆ ਹੈ ਤੇ ਟਰੈਕਟਰ ਦੇ ਸਾਰੇ ਪਾਰਟਸ オリジナル ਪਾਰਟਸ ਨੇ ਕੋਈ ਵੀ ਪਾਰਟ ਟਰੈਕਟਰ ਦਾ ਚੇਂਜ ਨਹੀਂ ਕੀਤਾ ਗਿਆ ਆਲ オリジナル ਟਰੈਕਟਰ ਹੈ ਟਰੈਕਟਰ ਦੇ ਜੋ ਟਾਇਰ ਹੈ 80 ਪੈਸੇ ਟਰੈਕਟਰ ਦੇ ਟਾਇਰ ਪਏ ਹੈ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਬਾਕੀ ਟਾਇਰਾਂ ਦੀਆਂ ਫੁੱਟਮਾ ਸਕਰੀਨ ਤੇ ਸ਼ੋਵ ਰਹੀਆਂ ਨੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਾਇਰ ਪਏ ਆ ਟਰੈਕਟਰ ਦੇ ਅਗਲੇ ਟਾਇਰਾਂ ਦੇ ਮਗਰਾਟ ਚੜੇ ਹੋਏ ਆ ਬਾਕੀ ਵੀਰੇ ਟਰੈਕਟਰ ਡਬਲ ਕਲੱਚ ਪਾਵਰ ਬ੍ਰੇਕ ਪਾਵਰ ਸਟੀering ਤੇ ਸੈਂਟਰ ਗੇਅਰ ਦੇ ਨਾਲ ਹੈ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਰਕਬੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਟਰੈਕਟਰ ਲੈਂਡਸ ਮੇ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਖਰੀਦਨ ਤੋਂ ਬਾਅਦ ਤੁਹਾਨੂੰ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਉਹ ਰੱਖੀ ਹੈ 330000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 9872335513 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਜੀ ਕੋਈ ਵੀ ਮੇਰਾ ਵੀਰੇ ਟਰੈਕਟਰ ਵੀਰ ਤੋਂ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾ ਵਟਸਾ ਇਤੇ ਹੀ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਥੈਂਕ ਯੂ ਵੀਰੇ ਹੁਣ ਗੱਲ ਕਰਦੇ ਆ ਜੀ ਮੈਸੀ 241 ਡੀਆਈ ਟਰੈਕਟਰ ਦੀ ਇਹ ਟਰੈਕਟਰ 2016 ਮਾਡਲ ਹੈ ਤੇ ਟਰੈਕਟਰ ਵੀਰੇ ਸਮਰਾਲਾ ਏਰੀਆ ਵੀ ਕਿ ਖੜਾ ਹੈ ਬਾਕੀ ਹਾਲਤ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ 1500 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਤੇ ਟਰੈਕਟਰ ਦਾ ਬਾਡੀ ਦਾ ਸੀ ਲਿੰਕਨ ਦਾ ਪੇਂਟ ਆਲ オリジナル ਹੈ ਜੋ ਰੰਗ ਭੇਟ ਯਾਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਹੈ ਕਿਤੋਂ ਵੀ ਟਰੈਕਟਰ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ ਦੇਖਣ ਨੂੰ ਸ਼ੋਅ ਤੇ ਕਿਤੇ ਸਕਰੈਚ ਤੱਕ ਨਹੀਂ ਇੱਕਦਮ ਸਾਫ ਸੁਥਰਾ ਵਧੀਆ ਸ਼ਾਈਨਿੰਗ ਦੇ ਵਿੱਚ ਰੰਗ ਪੇਂਟ ਪਿਆ ਤੇ ਟਰੈਕਟਰ ਦੇ ਸਾਰੇ ਪਾਰਟਸ ओरिजिनल ਪਾਰਟਸ ਨੇ ਕੋਈ ਵੀ ਪਾਰਟ ਟਰੈਕਟਰ ਦਾ ਚੇਂਜ ਨਹੀਂ ਕੀਤਾ ਗਿਆ ਆਲ ओरिजिनल ਟਰੈਕਟਰ ਹੈ ਟਰੈਕਟਰ ਦੇ ਉਹ ਟਾਇਰ ਹੈ ਉਹ ਵੀ ਟਰੈਕਟਰ ਦੇ ਨਾਲ ਦੇ ਟਾਇਰ ਨੇ 80 ਪੈਸੇ ਟਰੈਕਟਰ ਦੇ ਟਾਇਰ ਪਏ ਐ ਚਾਰੇ ਟਰਾਂ ਦੀ ਸੇਮ ਕੰਡੀਸ਼ਨ ਹੈ ਇੱਕਦਮ ਵਧੀਆ A ਕਲਾਸ ਕੰਡੀਸ਼ਨ ਦੇ ਵਿੱਚ ਟਾਇਰ ਨੇ ਟਰੈਕਟਰ ਡਬਲ ਕਲਚ ਸਿੰਪਲ ਸਟੀਅਰਿੰਗ ਤੇ ਸਾਈਡ ਗੇਅਰ ਦੇ ਨਾਲ ਹੈ ਤੇ ਟਰੈਕਟਰ ਦਾ ਵੀ ਪੰਜਾਬ ਦੀ ਨੰਬਰ ਹੈ ਬਾਕੀ ਮੀਟਰ ਦੀਆਂ ਫੋਟੋਆਂ ਵੀ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇੱਕਦਮ ਨਵਾਂ ਟਰੈਕਟਰ ਹੈ ਵੀਰੇ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਲੈਂਡਸ 'ਮੇ ਤੁਸੀਂ ਬਾਹਰ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਉਹ ਰੱਖਿਆ 470000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 77104 60208 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਵੀਰ ਤੋਂ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਥੈਂਕ ਯੂ ਵੀਰੇ ਹੁਣ ਗੱਲ ਕਰਦੇ ਹਾਂ ਜੀ ਕਰਤਾਰ ਕੰਬਾਈਨ ਦੀ ਇਹ ਕੰਬਾਈਨ 2017 ਮਾਡਲ ਹੈ ਤੇ ਕੰਬਾਈਨ ਵੀਰੇ ਤਲਵੰਡੀ ਭਾਈ ਏਰੀਆ ਵਿੱਚ ਖੜੀ ਹੈ। ਬਾਕੀ ਹਾਲਤ ਕੰਬਾਈਨ ਦੀ ਤੁਸੀਂ ਦੇਖ ਸਕਦੇ ਹੋ ਫੋਟੋਮਾਂ ਸਕਰੀਨ ਤੇ ਸ਼ੋ ਹੋ ਰੀਆਂ ਨੇ। ਕੰਬਾਈਨ ਦਾ ਸਾਰਾ ਰੰਗ ਪੇਂਟ ਆਲ オリジナル ਹੈ। ਕਿਤੋਂ ਵੀ ਕੰਬਾਈਨ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ। ਕਿਤੋਂ ਰੰਗ ਪੇਂਟ ਲਿਹਾ ਨਹੀਂ ਕਿਤੋਂ ਖਰਾਬ ਨਹੀਂ ਹੋਇਆ। ਇੱਕਦਮ ਸਾਫ਼ ਸੁਥਰਾ ਰੰਗ ਪੇਂਟ ਪਿਆ ਹੈ। ਤੇ ਕੰਬਾਈਨ ਦੇ ਸਾਰੇ ਪਾਰਟਸ オリジナル ਪਾਰਟਸ ਨੇ। ਕੋਈ ਵੀ ਪਾਰਟ ਕੰਬਾਈਨ ਦਾ ਚੇਂਜ ਨਹੀਂ ਕੀਤਾ ਗਿਆ। ਆਲ オリジナル ਕੰਬਾਈਨ ਹੈ ਤੇ ਕੰਬਾਈਨ ਦੇ ਜੋ ਟਾਇਰ ਹੈ ਉਹ ਵੀ ਕੰਬਾਈਨ ਦੇ ਨਾਲ ਦੇ ਟਾਇਰ ਨੇ 9095 ਪੈਸੇ ਕੰਬਾਈਨ ਦੇ ਟਾਇਰ ਪਏ ਆ। ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ। ਬਾਕੀ ਟਾਇਰਾਂ ਦੀ ਫੋਟੋ ਮਸਕਰੀਨ ਤੇ ਸ਼ੋ ਵੀ ਹੋ ਰਹੀਆਂ ਨੇ ਤੁਸੀਂ ਖੁਦ ਵੀ ਦੇਖ ਸਕਦੇ ਹੋ। ਇੱਕਦਮ ਨਵੀਂ ਹਾਲ ਦੇ ਵਿੱਚ ਹੀ ਟਾਇਰ ਪਏ ਆ। ਬਾਕੀ ਵੀਰੇ ਇੱਕਦਮ ਨਵੀਂ ਕੰਬਾਈਨ ਹੈ। ਕੋਈ ਕਮੀ ਪੇਸ਼ੀ ਨਹੀਂ। ਮਾਲਕ ਵੀਰ ਵੱਲੋਂ ਕੰਬਾਈਨ ਦੀ ਪੂਰੀ ਫੁੱਲ ਗਾਰੰਟੀ ਹੈ। ਸ਼ੋਰੂਮ ਕੰਡੀਸ਼ਨ ਦੇ ਵਿੱਚ ਕੰਬਾਈਨ ਖੜੀ ਹੈ। ਕੰਬਾਈਨ ਲੈਣ ਸਮੇਂ ਤੁਸੀਂ ਕੰਬਾਈਨ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ। ਕੋਈ ਕਮੀ ਪੇਸ਼ੀ ਨਹੀਂ ਤੇ ਮਾਲਕ ਵੀਰ ਨੇ ਕੰਬੈਨ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 17 ਲੱਖ 30 ਹਜ਼ਾਰ ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 94176 88317 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਜੇ ਕੋਈ ਵੀ ਮੇਰਾ ਵੀਰੇ ਕੰਬੈਨ ਵੀਰ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ ਵਟਸਐਪ ਤੇ ਗੱਲਬਾਤ ਕਰਕੇ ਇਹ ਕੰਬੈਨ ਵੀਰ ਤੋਂ ਖਰੀਦ ਸਕਦਾ ਹੈ ਥੈਂਕ ਯੂ ਵੀਰੇ ਹੁਣ ਗੱਲ ਕਰਦੇ ਹਾਂ ਜੀ ਫੋਰਡ 3600 ਟਰੈਕਟਰ ਦੀ ਇਹ ਟਰੈਕਟਰ 1991 ਮਾਡਲ ਹੈ ਤੇ ਟਰੈਕਟਰ ਵੀਰੇ ਜੈਤੋ ਏਰੀਆ ਵਿੱਚ ਖੜਾ ਹੈ ਬਾਕੀ ਹਾਲਤ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਫੋਟੋਮ ਸਕਰੀਨ ਤੇ ਸ਼ੋਹਰੀਆਂ ਨੇ ਟਰੈਕਟਰ ਦਾ ਬਾਡੀ ਜასი ਲਿੰਕਨ ਦਾ ਪੇਂਟ ਆਲ オリジナル ਹੈ ਜੋ ਰੰਗ ਪਿੰਡ ਯਾਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਹੈ ਕਿਤੇ ਵੀ ਟਰੈਕਟਰ ਨੂੰ ਦੁਬਾਰਾ ਰੰਗ ਪੇਟ ਨਹੀਂ ਕੀਤਾ ਗਿਆ ਇਕਦਮ ਵਧੀਆ ਹਾਲ ਦੇ ਵਿੱਚ ਰੰਗ ਪੇਂਟ ਪਿਆ ਹੈ ਤੇ ਟਰੈਕਟਰ ਦੇ ਸਾਰੇ ਪਾਰਟਸ オリジナル ਪਾਰਟਸ ਨੇ ਕੋਈ ਵੀ ਪਾਰਟ ਟਰੈਕਟਰ ਦਾ ਚੇਂਜ ਨਹੀਂ ਕੀਤਾ ਗਿਆ ਆਲ オリジナル ਟਰੈਕਟਰ ਹੈ ਤੇ ਟਰੈਕਟਰ ਦੇ ਉਹ ਟਾਇਰ ਹੈ ਬਿਲਕੁਲ ਨਵੇਂ ਟਾਇਰ ਨੇ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਬਾਕੀ ਟਾਇਰਾਂ ਦੀ ਫੋਟੋ ਮਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਖੁਦ ਵੀ ਦੇਖ ਸਕਦੇ ਹੋ ਏ ਕਲਾਸ ਕੰਡੀਸ਼ਨ ਦੇ ਵਿੱਚ ਟਾਇਰ ਪਏ ਹੈ ਤੇ ਟਰੈਕਟਰ ਦੇ ਅਗਲੇ ਟਾਇਰਾਂ ਤੇ ਮਗਰਾਟ ਚੜੇ ਹੋਏ ਨੇ ਟਰੈਕਟਰ ਸਿੰਗਲ ਕਲਚ ਸਿੰਪਲ ਸਟੀਅਰਿੰਗ ਤੇ ਸੈਂਟਰ ਗੇਅਰ ਦੇ ਨਾਲ ਹੈ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਤੇ ਮਾਲਕ ਵੀਰ ਨੇ ਵੀਰੇ ਟਰੈਕਟਰ ਦੀ ਨਵੀਂ ਬੈਟਰੀ ਧਾਈ ਹੋਈ ਹੈ। ਬਾਕੀ ਟਰੈਕਟਰ ਦਾ ਪੰਜਾਬ ਦੀ ਨੰਬਰ ਹੈ। ਟਰੈਕਟਰ ਲੈਣਸ ਨੇ ਤੁਸੀਂ ਬਾਹਰ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਮਾਲਕ ਵੀਰ ਬਰੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ। ਕੋਈ ਕਮੀ ਪੇਸ਼ੀ ਨਹੀਂ। ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ। ਉਹ ਰੱਖੀ ਹੈ 1,85,000 ਰੁਪਏ। ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 99148 44800 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਵੀਰ ਤੋਂ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਥੈਂਕ ਯੂ ਵੀਰੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀਰ ਵੀ ਆਪਣੀ ਵੀਡੀਓ ਨੂੰ ਦੇਖ ਸਕਣ ਇਹਨਾਂ ਨੂੰ ਕੋਈ ਵੀ ਮਸ਼ੀਨਰੀ ਖਰੀਦਣ ਜਾਂ ਵੇਚਣ ਵਿੱਚ ਕੋਈ ਦਿੱਕਤ ਨਾ ਸਕੇ ਤੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਜਟਾ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਸ ਅਰਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਡੇਲੀ ਸ਼ੇ ਮਸ਼ੀਨਰੀਆਂ ਦੀ ਇੱਕ ਵੀਡੀਓ ਲੈ ਕੇ ਆਉਨੇ ਆ ਜਿੰਨੂੰ ਤੁਸੀਂ ਹਰ ਰੋਜ਼ ਦੇਖ ਸਕੋ ਤੇ ਮੈਨੂੰ ਸੁਣਾ ਸਕੋ ਤੇ ਜੁੜੇ ਰਹੋ ਆਪਣੇ ਚੈਨਲ ਜਟਾ ਟਰੈਕਟਰ ਦੇ ਨਾਲ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ